ਸਤਨਾਮ ਵਾਹਿਗੁਰੂ ਸਾਹਿਬ ਜੀ। ਸਲੋਕ ਮਹੱਲਾ ਤੀਜਾ। ਸੇਖਾ ਚੌ ਚੱਕਿਆ ਚੌ ਵਾਇਆ, ਇਹ ਮਨ ਇਕਤ ਘਰ ਆਣ, ਇਹੜ ਤਿਹੜ ਛੱਡ ਤੂੰ, ਗੁਰ ਕਾ ਸ਼ਬਦ ਪਛਾਣ। ਸਤਿਗੁਰ ਅੱਗੇ ਢਹਿ ਪਉ, ਸਭ ਕਿਛ ਜਾਣੈ ਜਾਣ, ਆਸਾ ਮਨਸਾ ਜਲਾਏ ਤੂੰ, ਹੋਏ ਰਹੋ ਮਿਹਮਾਨ। ਸਤਿਗੁਰ ਕਹਿ ਭਾਣੈ ਪੀ ਚੱਲੈ, ਤਾਂ ਦਰਗਹਿ ਪਾਵੈ ਮਾਣ। ਨਾਨਕ ਜੇ ਨਾਮ ਨਾ ਚੇਤਨੀ, ਤਿੰਨ ਤਿਗ ਪੈਨਣ ਤਿਗ ਖਾਣ। ਮਹਲਾ ਤੀਜਾ। ਹਰ ਗੁਣ ਤੋਟ ਨਾ ਆਵਈ, ਕੀਮਤ ਕਹਿਣ ਨਾ ਜਾਏ, ਨਾਨਕ ਗੁਰਮੁਖ ਹਰ ਗੁਣ ਰਵੈ, ਗੁਣ ਮਹਿ ਰਹਿ ਸਮਾਏ। ਪੌੜੀ ਹਰ ਚੋਲੀ ਦੇਹ ਸਵਾਰੀ, ਕੱਢ ਪੈਦੀ ਭਗਤ ਕਰ, ਹਰ ਪਾਟ ਲਗਾਇਆ ਦਿਖਾਈ, ਬਹੁ ਬਹੁ ਬਿਦ ਭਾਤ ਕਰ। ਕੋਈ ਬੂਝੈ ਬੂਝਣ ਹਾਰਾ, ਅੰਤਰ ਵਿਵੇਕ ਕਰ, ਸੋ ਬੁਝੈ ਇਹ ਵਿਵੇਕ, ਜਿਸ ਬੁਝਾਏ ਆਪ ਹਰ। ਜਨ ਨਾਨਕ ਕਹਿ ਵਿਚਾਰਾ, ਗੁਰਮੁਖ ਹਰ ਸਤ ਹਰ। ਜਨ ਨਾਨਕ ਕਹਿ ਵਿਚਾਰਾ, ਗੁਰਮੁਖ ਹਰ ਸਤ ਹਰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਹਨ ਅੱਜ ਦੇ ਪਵਿੱਤਰ ਹੁਕਮਨਾਮੇ ਜੋ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਤੋਂ ਆਏ ਹਨ। ਸਾਹਿਬ ਸ੍ਰੀ ਗੁਰੂ ਅਮਰਦਾਸ ਜੀ ਤੀਜੇ ਪਾਤਸ਼ਾਹ ਜੀ ਦੇ ਉਚਾਰਨ ਕੀਤੇ ਹੋਏ ਸਲੋਕ ਵਿੱਚ ਹਨ। ਗੁਰੂ ਸਾਹਿਬ ਜੀ ਫਰਮਾਨ ਕਰ ਰਹੇ ਨੇ, ਹੇ ਚੁੱਕੇ ਚੁਕਾਏ ਸੇਖ, ਇਸ ਮਨ ਨੂੰ ਇੱਕ ਟਿਕਾਣੇ 'ਤੇ ਲਿਆ, ਵਿੰਗੀਆਂ ਟੇਢੀਆਂ ਗੱਲਾਂ ਛੱਡ ਤੇ, ਸਤਿਗੁਰੂ ਦੇ ਸ਼ਬਦ ਨੂੰ ਸਮਝ ਕੇ। ਹੇ ਸੇਖਾ, ਜੋ ਸਭ ਦਾ ਜਾਣੂ ਸਤਿਗੁਰੂ ਸਭ ਕੁਝ ਸਮਝਦਾ, ਉਸਦੀ ਚਰਨੀ ਲੱਗ। ਆਸਾਂ ਅਤੇ ਮਨ ਦੀਆਂ ਦੌੜਾਂ ਮਿਟਾ ਕੇ ਆਪਣੇ ਆਪ ਨੂੰ ਜਗਤ ਵਿੱਚ ਪ੍ਰਾਹੁਣਾ ਸਮਝ। ਜੇ ਤੂੰ ਸਤਿਗੁਰੂ ਦੇ ਭਾਣੇ ਵਿੱਚ ਚੱਲੇਗਾ, ਤਾਂ ਰੱਬ ਦੀ ਦਰਗਾਹ ਵਿੱਚ ਆਦਰ ਪਾਵੇਂਗਾ। ਹੇ ਨਾਨਕ, ਜੋ ਮਨੁੱਖ ਨਾਮ ਨਹੀਂ ਸਿਮਰਦੇ, ਉਹਨਾਂ ਦਾ ਚੰਗਾ ਖਾਣਾ ਅਤੇ ਚੰਗਾ ਪਹਿਨਣਾ ਫਿਟਕਾਰ ਯੋਗ ਹੈ।
ਹਰੀ ਦੇ ਗੁਣ ਬਿਆਨ ਕਰਦੇ ਹਾਂ, ਉਹ ਗੁਣ ਮੁੱਕਦੇ ਨਹੀਂ ਅਤੇ ਨਾ ਹੀ ਇਹ ਦੱਸਿਆ ਜਾ ਸਕਦਾ ਹੈ ਕਿ ਇਹਨਾਂ ਗੁਣਾਂ ਨੂੰ ਵਿਹਾਜਣ ਲਈ ਮੁੱਲ ਕੀ ਹੈ। ਪਰ ਹੇ ਨਾਨਕ, ਗੁਰਮੁਖ ਜਿਉੜੇ ਹਰੀ ਦੇ ਗੁਣ ਗਾਉਂਦੇ ਹਨ। ਜਿਹੜਾ ਮਨੁੱਖ ਪ੍ਰਭੂ ਦੇ ਗੁਣ ਗਾਉਂਦਾ ਹੈ, ਉਹ ਗੁਣਾਂ ਵਿੱਚ ਲੀਨ ਹੋਇਆ ਰਹਿੰਦਾ ਹੈ। ਇਹ ਮਨੁੱਖਾ ਸਰੀਰ ਮਾਨੋ ਚੋਲੀ ਹੈ ਜੋ ਪ੍ਰਭੂ ਨੇ ਬਣਾਈ ਹੈ, ਅਤੇ ਭਗਤੀ ਰੂਪ ਕਸੀਦਾ ਕੱਢ ਕੇ ਇਹ ਚੋਲੀ ਪਹਿਨਣ ਯੋਗ ਬਣਦੀ ਹੈ। ਇਸ ਚੋਲੀ ਨੂੰ ਬਹੁਤ ਤਰ੍ਹਾਂ ਦੀਆਂ ਕਈ ਵੰਨਗੀਆਂ ਦਾ ਹਰੀ ਨਾਮ ਪੱਟ ਲੱਗਾ ਹੋਇਆ ਹੈ। ਇਸ ਭੇਤ ਨੂੰ ਮਨ ਵਿੱਚ ਵਿਚਾਰ ਕਰਕੇ ਕੋਈ ਵਿਰਲਾ ਸਮਝਣ ਵਾਲਾ ਸਮਝਦਾ ਹੈ। ਇਸ ਵਿਚਾਰ ਨੂੰ ਉਹ ਸਮਝਦਾ ਜਿਸ ਨੂੰ ਹਰੀ ਆਪ ਸਮਝਾਵੇ। ਦਾਸ ਨਾਨਕ ਇਹ ਵਿਚਾਰ ਦੱਸਦਾ ਹੈ ਕਿ ਸਦਾ ਥਿਰ ਰਹਿਣ ਵਾਲਾ ਹਰੀ ਗੁਰੂ ਦੇ ਰਾਹੀਂ ਸਿਮਰਿਆ ਜਾ ਸਕਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਥਿਸ ਇਜ਼ ਟੁਡੇਜ਼ ਹੁਕਮਨਾਮਾ ਫਰੋਮ ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ, ਅਟਰਡ ਬਾਏ ਅਵਰ ਥਰਡ ਗੁਰੂ, ਗੁਰੂ ਅਮਰਦਾਸ ਜੀ, ਅੰਡਰ ਸਲੋਕ ਥਰਡ ਮਹਿਲ। ਗੁਰੂ ਸਾਹਿਬ ਜੀ ਸੇ ਦੈਟ, ਓ ਸੇਖ, ਯੂ ਵਾਂਡਰ ਇਨ ਦਾ ਫੋਰ ਡਾਇਰੈਕਸ਼ਨਸ, ਬਲੋਨ ਬਾਏ ਦਾ ਫੋਰ ਵਿੰਡਸ, ਬ੍ਰਿੰਗ ਯੋਰ ਮਾਇੰਡ ਬੈਕ ਟੂ ਦਾ ਹੋਮ ਆਫ ਦਾ ਵਨ ਲਾਰਡ, ਰਿਨਾਊਂਸ ਯੋਰ ਪੈਟੀ arguments and realize the word of the Guru's Shabad. Bow in humble respect before the true Guru. He is the knower who knows everything. Burn away your hopes and desires and live like a guest in this world. If you walk in harmony with the true Guru's will, then you shall be honored in the court of the Lord. O Nanak, those who do not contemplate the name of the Lord, cursed are their clothes and cursed is their food. Third mail. There is no end to the Lord's glorious praises. His worth cannot be described. O Nanak, the Gurmukhs chant the glorious praises of the Lord. They are absorbed in His glorious virtues. Pauri. The Lord has adorned the court of the body. He has embroidered it with devotional worship. The Lord has woven His silk into it in so many ways and fashions. How rare is that man of understanding who understands and deliberates within. He alone understands these deliberations whom the Lord Himself inspires to understand. Poor servant Nanak speaks, the Gurmukhs know the Lord is true.
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।